ਅਮਰਿੰਦਰ ਸਿੰਘ ਦੀ 2-2 ਸਾਲ ਦੀ ਸਰਕਾਰ ਦੇ ਕੰਮਕਾਜ ਨੇ ਉਹ ਤੇ ਲੋਕਾਂ ਨੇ ਮੋਹਰ ਲਾਈ ਹੈ ਔਰ ਸ਼ਾਨਦਾਰ ਜਿੱਤ ਹੋਈ ਹੈ ਔਰ ਨਾਭਿਆਂ 'ਚ ਵੀ ਬੜੀਆਂ ਗੱਲਾਂ ਹੁੰਦੀਆਂ ਸੀ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਬਤ ਹੋ ਗਿਆ। ਕਾਂਗਰਸ ਪਾਰਟੀ ਦੇ ਵਰਕਰਾਂ ਨੇ, ਮਜ਼ਬੂਤ ਵਰਕਰਾਂ ਨੇ ਉਹਨਾਂ ਲੋਕਾਂ ਦੇ ਦੰਦ ਖੱਟੇ ਕੀਤੇ ਨੇ ਜਿਹੜੇ ਪਾਰਟੀ ਵਿਰੋਧੀ ਤਾਕਤਾਂ ਨੇ ਪਾਰਟੀ 'ਚ ਰਹਿ ਕੇ ਪਾਰਟੀ ਦੀ ਵਿਰੋਧਤਾ ਕਰਦੇ ਨੇ, ਉਹਨਾਂ ਨੂੰ ਆਪਣੀ ਜਗ੍ਹਾ ਦਾ ਪਤਾ ਲੱਗ ਗਿਆ। ਦੇਖੋ, ਇਹ ਹਾਈਕਮਾਂਡ ਦਾ ਕੰਮ ਆ, ਮੇਰਾ ਕੰਮ ਨਹੀਂ ਹੈ। ਮੁੱਖ ਮੰਤਰੀ ਜੀ ਗਏ ਨੇ ਉੱਥੇ, ਪ੍ਰਧਾਨ ਜੀ ਸੁਨੀਲ ਜਾਖੜ ਜੀ ਉੱਥੇ ਗਏ ਨੇ, ਉਹਨਾਂ ਨੇ ਕੀ ਕੰਮ ਕਰਨਾ, ਉਹਨਾਂ ਨੇ ਸਾਰੀ ਸਟੇਟ ਦਾ ਜੋ ਹੈਗਾ ਪੰਜਾਬ ਦੀ ਸਾਰੇ ਹਾਲ ਚਾਲ ਬਾਰੇ ਪਤਾ ਕਰਨਾ। ਨਹੀਂ, ਰਾਹੁਲ ਗਾਂਧੀ ਕਿਉਂ ਅਸਤੀਫਾ ਦੇ ਗਿਆ ਜੀ? ਜਿੱਤਾਂ ਰਾਤ ਹੁੰਦੀਆਂ ਰਹਿੰਦੀਆਂ ਨੇ, ਕੋਈ ਘਰ ਛੱਡ ਜਾਂਦਾ ਆਪਣਾ? ਨੋ, ਕੋਈ ਬਰਦਾਸ਼ਤ ਨਹੀਂ ਕਰੇਗਾ ਰਾਹੁਲ ਗਾਂਧੀ ਜੀ ਦਾ ਅਸਤੀਫਾ। ਰਾਹੁਲ ਗਾਂਧੀ ਅਸਤੀਫਾ ਦੇਗਾ, ਕਾਂਗਰਸ ਕੌਣ ਸੰਭਾਲੇਗਾ? ਰਾਹੁਲ ਗਾਂਧੀ ਅਸਤੀਫਾ ਦੇਣਾ ਨਹੀਂ ਚਾਹੀਦਾ, ਉਹ ਆਪਣੇ ਦੇਣ ਚਾਹੁੰਦੇ, ਪਰ ਕਾਂਗਰਸ ਦਾ, ਦੇਸ਼ ਦਾ ਬੱਚਾ ਬੱਚਾ ਰਾਹੁਲ ਗਾਂਧੀ ਦੇ ਨਾਲ ਖੜਾ। ਬੀਬੀ, ਮੈਨੂੰ ਇਹ ਤਾਂ ਬਹੁਤੇ ਛੱਜ ਤਾਂ ਬੋਲੇ ਛਾਣ ਨਹੀਂ ਕਹੋ ਬੀਬੀ। ਮਰਦੀ ਮਰਦੀ ਤਾਂ ਮਸਾ ਬਸੀ ਹੈ, ਕੋਈ 20,000 ਵੋਟ ਦੀ ਜਿੱਤ ਹੁੰਦੀ, ਉਹ ਵੀ ਪਤਾ ਨਹੀਂ ਕਿਵੇਂ ਪੈਸੇ ਪੂਸੇ ਵੰਡ ਕੇ ਜਾਂ ਕਿਵੇਂ ਜਿੱਤ ਹਾਸਲ ਹੋ ਗਈ। ਤੇ 13 ਚੋਂ 2 ਸੀਟਾਂ ਆਈਆਂ ਨੇ, ਅਜੇ ਬੋਲਣ ਨੂੰ ਮਰਦੇ ਨੇ, ਮੈਂ ਤਾਂ ਹੈਰਾਨ ਹਾਂ। ਔਰ ਪਹਿਲੀ ਵਾਰੀ ਹੋਇਆ ਕਿ ਸੂਬੇ ਦੀ ਸਰਕਾਰ ਨੂੰ 8 ਸੀਟਾਂ ਆਈਆਂ ਨੇ, ਅੱਜ ਤੱਕ ਕਿਸੇ ਸਰਕਾਰ ਨੂੰ 8 ਸੀਟਾਂ ਨਹੀਂ ਆਈਆਂ, ਭਾਵੇਂ ਕਾਂਗਰਸ ਦੀ ਆਈ ਹੋਵੇ, ਭਾਵੇਂ ਅਕਾਲੀ ਦਲ ਦੀ ਹੋਵੇ। ਪਿੱਛੇ ਅਕਾਲੀ ਦਲ ਦੀ ਸੀ, ਕਿੰਨੀਆਂ? 5 ਸੀ, ਸਾਡੇ ਕੋਲ 8 ਨੇ ਬੀਬੀ, ਤਿਆਰ ਕਰ ਲਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ ਉਂਗਲ ਉਠਾਉਣੀ, ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਹੈ। ਸਿੱਧੂ ਮੈਡਮ ਨੇ ਕਿਹਾ ਕਿ ਬਜਟਾ ਤੋਂ ਬਹੁਤ ਭਾਰੀ ਜਿਹੜੇ ਨਾਲ ਹਾਰਨਾ ਸੀ, ਜੇ ਸਿੱਧੂ ਨਾ ਜਾਂਦੇ ਪ੍ਰਚਾਰ ਕਰ ਕੋਈ ਵੀ ਨਾ। ਉਹ ਬੀਬੀ ਦਾ ਜਵਾਬ ਨਹੀਂ ਦੇਣਾ, ਸਾਡੀ ਭੈਣ ਹੈ, ਸਿੱਧੂ ਸਾਹਿਬ ਪੁੱਛਣ ਫਿਰ ਮੈਂ ਜਵਾਬ ਦਊਂ। ਸਿੱਧੂ ਸਾਹਿਬ ਤੇ ਕੈਪਟਨ ਅਮਰਿੰਦਰ ਦੇ ਵਿੱਚ ਨਜ਼ਦੀਕੀਆਂ ਜਿਹੜੀਆਂ ਸੀਗੀਆਂ ਉਹ ਜਿਹੜੀ ਕੜਵਾਹਟ ਬਦਲਦੀਆਂ ਜਾ ਰਹੀਆਂ। ਇਹ ਤਾਂ ਪਰਿਵਾਰ ਚ ਕੜਵਾਹਟ ਵੀ ਹੁੰਦੀ ਰਹਿੰਦੀ ਹੈ, ਸੁਲਾ ਵੀ ਹੁੰਦੀ ਰਹਿੰਦੀ ਹੈ, ਚੱਲਦਾ ਰਹਿੰਦਾ ਪਰਿਵਾਰ ਚ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਵੀ ਪਾਰਟੀ ਦੇ ਵਿੱਚ ਸਿੱਧੂ ਜਾਂਦੇ ਨੇ ਉਸੇ ਪਾਰਟੀ ਦੀ ਬਗਾਵਤ ਕਰਦੇ ਨੇ, ਚਾਹੇ ਮੈਡਮ ਸਿੱਧੂ ਹੋਣ? ਮੈਂ ਪਹਿਲਾਂ ਬਹੁਤ ਕੁਝ ਕਹਿ ਚੁੱਕਾ ਜੀ, ਤੁਹਾਡਾ ਕੀ ਰਿਐਕਸ਼ਨ ਕੀ ਹੈ ਸਰ ਇਸ ਤੇ? ਰਿਐਕਸ਼ਨ ਮੇਰਾ ਇਹੀ ਹੈ, ਹਰ ਬੰਦੇ ਨੂੰ ਡਿਸਿਪਲਿਨ ਚ ਰਹਿਣਾ ਚਾਹੀਦਾ, ਕੋਈ ਛੋਟਾ ਵਰਕਰ ਹੋਵੇ, ਵੱਡਾ ਵਰਕਰ ਹੋਵੇ, ਸਭ ਨੂੰ ਸਨਮਾਨ ਮਿਲਣਾ ਚਾਹੀਦਾ, ਵੱਡਿਆਂ ਦਾ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ। ਇਹ ਹਾਈਕਮਾਂਡ ਦੇਖੀ ਮੇਰੇ ਵਾਸਤੇ ਗੱਲ, ਉਹ ਵੀ ਦਿਨ ਸੀ ਵੀ ਇਹ ਵੀ ਨਹੀਂ, ਇਹ ਇੱਕ ਦਿਨ ਉਹ ਵੀ ਸੀ ਜਦੋਂ 2 ਸੀਟਾਂ ਸੀ ਇਹਨਾਂ ਕੋਲ, ਇਹ ਤਾਂ ਚੱਲਦਾ ਰਹਿੰਦਾ। ਪਰ ਜੋ 5 ਸਟੇਟਾਂ 'ਚ ਹੋਇਆ, 5-5 ਮਹੀਨੇ ਸਰਕਾਰਾਂ ਬਣਨੀਆਂ ਹੋਣ ਤੇ ਇੱਕ ਵੀ ਸੀਟ ਨਾ ਆਵੇ, ਇਹਦੇ ਕਿਤੇ ਨਾ ਕਿਤੇ ਹਿੰਦੁਸਤਾਨ ਦੇ ਲੋਕਾਂ ਨੂੰ ਚੀਜ਼ ਹਜ਼ਮ ਨਹੀਂ ਹੋ ਰਹੀ, ਇਹ ਸਾਹਮਣੇ ਆ ਜਾਏਗਾ ਹੌਲੀ ਹੌਲੀ, ਮੈਂ ਨਹੀਂ ਕਹਿੰਦਾ। ਔਰ ਲੋਕਾਂ ਨੇ, ਹਿੰਦੁਸਤਾਨ ਦੇ ਲੋਕਾਂ ਨੇ ਸਮਝ ਲਿਆ, ਪੂਰੀ ਪਲੈਨਿੰਗ ਨਾਲ ਕੰਮ ਹੋਇਆ। ਇਹ ਚੰਦੂਮਾਜਰਾ ਕਹਿਣ, ਆਪਣੀ ਪਾਰਟੀ 'ਚ ਕਹਿਣ, ਕਰਨ ਜੋ ਪੰਜਾਬ ਦੇ ਨਾਲ ਧੱਕਾ ਕੀਤਾ, 10 ਸਾਲ ਪੰਜਾਬ ਨੂੰ ਜਿਹੜਾ ਪਛਾੜ ਕੇ ਰੱਖਿਆ, ਉਹਦੇ 'ਤੇ ਵਿਚਾਰ ਕਰਨ, ਤਾਂ ਦੇਖਣਗੇ ਲੋਕ ਚੰਦੂਮਾਜਰ ਦੀ ਗੱਲ ਠੀਕ ਹੈ। ਨਹੀਂ, ਖਤਮ ਕਦੇ ਕੋਈ ਪਾਰਟੀ ਨਹੀਂ ਹੋਇਆ ਕਰਦੀ, ਇਹ ਬਚਪਨ ਹੈ ਕਿ ਕਹਿ ਦਈਏ ਕਿ ਫਲਾਣਾ ਖਤਮ ਹੋ ਜਾਏਗਾ, ਫਲਾਣਾ ਖਤਮ ਹੋ ਜਾਏਗਾ। ਇੱਕ ਟਾਈਮ ਸੀ ਕਿ ਬੀਜੇਪੀ 2 ਸੀਟਾਂ 'ਤੇ ਸੀ, ਅੱਜ ਉਹ 300 ਸੀਟਾਂ 'ਤੇ ਪਹੁੰਚੇ ਨੇ, ਕਿਵੇਂ ਕਰੇ, ਜਿਵੇਂ ਮਰਜ਼ੀ ਪਹੁੰਚੇ। ਔਰ ਕਾਂਗਰਸ ਪਾਰਟੀ 400 ਸੀਟਾਂ ਤੱਕ ਪਹੁੰਚ ਚੁੱਕੀ ਹੈ ਪਹਿਲਾਂ, ਇਹ ਤਾਂ ਚੱਲਦਾ ਰਹਿੰਦਾ। ਇਸ ਕਰਕੇ ਜਦੋਂ ਬੰਦਾ ਹਾਰ 'ਚ ਵੀ ਆਉਂਦਾ ਨਾ, ਕੁਛ ਸਿੱਖਦਾ, ਆਪਣੇ ਪਰਾਏ ਦਾ ਪਤਾ ਲੱਗਦਾ, ਉਹ ਕੁਛ ਸਿੱਖਦਾ। ਆਪੋਜੀਸ਼ਨ ਨਿਭਾਉਣ ਦਾ ਵੀ ਇੱਕ ਰੋਲ ਦੇਸ਼ ਦੇ ਹਿੱਤ 'ਚ ਜਾਂਦੀ ਹੈ ਗੱਲ, ਔਰ ਜਿੱਤ ਹਾਰ ਤਾਂ ਲੋਕਾਂ ਦੇ ਹੱਥ ਹੈ, ਸਭ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ। ਭਗਵੰਤ ਮਾਨ ਜੀ ਰਿਸਪੈਕਟਫੁਲ ਬੰਦੇ ਨੇ, ਉਹਨਾਂ ਦੀਆਂ ਟਿਚਰਾਂ ਨੂੰ ਬੂਰ ਪਿਆ, ਉਹਨੂੰ ਸੰਭਾਲ ਕੇ ਰੱਖ ਲੈਣਾ, ਆਪਣੇ ਨੂੰ ਅੰਬੀਆਂ ਤੋਂ ਪਹਿਲਾਂ ਹੀ ਨਾ ਝੜ ਜੇ। ਤੂੰ ਭਾਈ, ਤੈਨੂੰ ਟੱਪੇ ਚੱਪੜੀ 'ਚ ਡੱਬ ਨੱਕ ਡਬੋ ਕੇ ਮਰਨਾ ਚਾਹੀਦਾ, 4 ਸੀ, 1 ਰਹਿ ਗਿਆ ਗੱਲਾਂ। ਤੂੰ ਛੱਜ ਤਾਂ ਬੋਲੇ ਛਾਲ ਨਹੀਂ ਬੋਲੇ, ਭਗਵੰਤ ਮਾਨ 4 ਸੀਟਾਂ 'ਚੋਂ 1 ਰਹਿ ਗਈ, ਤੇਰੇ ਪੱਲੇ ਰਹਿ ਗਈ ਗਿਆ, ਤੂੰ ਪੁੱਛਦਾ ਕੈਪਟਨ ਅਮਰਿੰਦਰ ਸਿੰਘ ਨੂੰ? ਸੋ ਆਪਣੇ ਆਪ 'ਚ ਨੂੰ ਰੋਕੋ ਨਾ, ਜਿੰਨੀ ਕੁ ਆਪਣੀ ਕੱਦ ਹੈ ਉਨੀ ਕੁ ਗੱਲ ਕਰਨੀ ਚਾਹੀਦੀ। ਬਠਿੰਡਾ ਹਲਕੇ ਦੇ ਵਿੱਚ ਜਿਤਵਾਣ ਗਏ ਸੀਗੇ, ਤੁਸੀਂ ਕਿਸ ਤਰ੍ਹਾਂ ਜੱਜ ਕਰਦੇ ਹੋ?
ਇਹਦਾ ਭਗਵੰਤ ਮਾਨ ਜਾਣਨ ਤੇ ਆਪਣੇ ਸੁਖਪਾਲ ਖਹਿਰਾ ਜਾਣਨ ਕਿ ਆਪਣਾ ਇਹ ਡੱਕਾ ਡੱਕਾ ਇਕੱਠਾ ਹੋਇਆ ਸੀ, ਝਾੜੂ ਬਣਿਆ ਸੀ, ਝਾੜੂ ਤੋਂ ਹੁਣ ਰੜਕਾ ਬਣਿਆ। ਰੜਕਾ ਰੜਕਾ ਪਤਾ ਜਦੋਂ ਕਸ 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 ਕੇ ਹੁਣ ਰੜਕਾ ਦੋ ਚਾਰ ਕਤੀਲੇ ਰਹਿਣ ਰੜਕਾ ਕਹਿੰਦੇ, ਰੜਕਾ ਰਹਿ ਗਿਆ, ਲੜਕੇ ਨੂੰ ਸੰਭਾਲ ਕੇ ਰੱਖ ਲਿਆ। ਰਾਮਦੇਵ ਸਾਹਿਬ ਪਤਾ ਨੀ, ਚੱਲ ਮੋਦੀ ਸਾਹਿਬ ਤਾਂ ਰਾਜ ਕਰਨਗੇ ਕਿ ਨਹੀਂ ਕਰਨੇ, ਤੁਸੀਂ ਪਤਾ ਨੀ ਕਿਹੜੀਆਂ ਕਿਹੜੀਆਂ ਦਵਾਈਆਂ ਕਿੱਥੋਂ ਕਿੱਥੋਂ ਲਿਆ ਕੇ ਵੇਚਦੇ ਹੋ, ਇਹ ਵੀ ਜਾਂਚ ਹੋਣੀ ਚਾਹੀਦੀ ਹੈ। ਨੋ, ਉਹ ਇੱਥੇ ਆਮ ਪਾਰਟੀ ਦਾ ਤੁਹਾਡੇ ਸਾਹਮਣੇ ਜਮਾਨਤਾਂ ਦਾ ਜ਼ਬਤ ਹੁੰਦੀਆਂ ਨਾ, ਉਹ ਫੈਕਟਰ ਕਰਦਾ ਭਗਵੰਤ ਮਾਨ ਦਾ, ਨਾ ਆਮ ਆਦਮੀ ਪਾਰਟੀ। ਉਹ ਤਾਂ ਬਣ ਬਣ ਦੀ ਲੱਕੜੀ ਇਕੱਠੀ ਹੋਈ ਸੀ ਖਿੰਡਗੀ। ਮੈਂ ਪਹਿਲਾਂ ਕਹਿ ਸਕਦਾ ਹੋ ਸਕਦਾ, ਪੂਰਾ ਦੇਸ਼ ਕਹਿ ਰਿਹਾ ਹੈ, ਜਿੱਥੇ ਪੰਜ ਸੂਬਿਆਂ ਚ ਕਾਂਗਰਸ ਦੀਆਂ ਸਰਕਾਰਾਂ ਹੋਣ, ਹੁਣੇ 6 ਮਹੀਨੇ ਚ ਇੱਡੀ ਕਿੱਡੀ ਗਲਤੀ ਹੋ ਗਈ, ਇੱਕ ਵੀ ਸੀਟ ਨਾ ਆਏ। ਇਹਦੇ ਚ ਆਪਣੇ ਆਪ ਲੱਗ ਰਿਹਾ ਧਾਂਦਲੀ ਹੋਈ ਹੈ, ਪ੍ਰੀ ਪਲੈਨ ਹੋਇਆ ਉੱਥੇ।